ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਸਾਡੀ ਪਹਿਲੀ ਈਮੇਲ ਆਈ ਹੈ ਵੀਰ ਅਮਨਜੀਤ ਸਿੰਘ ਜੀ ਦੀ ਤੇ ਇਹਨਾਂ ਦੀ ਲਿਖਤ ਦਾ ਸਬਜੈਕਟ ਹੈ ਮੇਰੇ ਦੁੱਖਾਂ ਦੇ 30 ਸਾਲ। ਇਹ ਲਿਖਦੇ ਹਨ ਸਿੰਘ ਸਾਹਿਬ ਜੀ, ਭੈਣ ਨੀਲਮ ਕੌਰ ਜੀ ਤੇ ਟੀਵੀ 84 ਦੇ ਸਾਰੇ ਟੱਬਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ, ਮੇਰੇ ਕਲੇਜ਼ੇ ਨੂੰ ਵਿੰਨ ਕੇ ਰੱਖ ਕੇ ਦੇਣ ਵਾਲਾ, ਮੇਰੇ ਰੋਂਗਟੇ ਖੜੇ ਕਰ ਦੇਣ ਵਾਲਾ, ਸੁੱਖ ਚੈਨ ਲੁੱਟਣ ਵਾਲਾ, ਮੇਰੀਆਂ ਹਜ਼ਾਰਾਂ ਮਾਵਾਂ ਨੂੰ ਵਿਧਵਾ ਕਰਨ ਵਾਲਾ, ਮੇਰੀਆਂ ਹਜ਼ਾਰਾਂ ਭੈਣਾਂ ਦੇ ਭਰਾ ਖੋਣ ਵਾਲਾ, ਮੇਰੀਆਂ ਮਾਵਾਂ ਭੈਣਾਂ ਦੀ ਜ਼ਜ਼ਮਤ ਨੂੰ ਤਾਰ ਤਾਰ ਕਰਨ ਵਾਲਾ, ਮੇਰੇ ਹਜ਼ਾਰਾਂ ਬਾਪਾਂ ਦੀ ਡੰਗੋਰੀ ਖੋਣ ਵਾਲਾ, ਮੇਰੇ ਹਜ਼ਾਰਾਂ ਬੱਚਿਆਂ ਤੋਂ ਲੋਰੀ ਖੋਣ ਵਾਲਾ, ਇਹ ਨਵੰਬਰ ਫਿਰ ਆ ਗਿਆ। ਸਿੰਘ ਸਾਹਿਬ, ਇੱਕ ਵਾਰ ਫਿਰ ਮੈਨੂੰ ਕੋ ਕੋ ਕੇ ਮਾਰਨ ਆ ਗਿਆ, ਇੱਕ ਵਾਰ ਫਿਰ ਮੇਰੇ ਗਲ ਵਿੱਚ ਟਾਇਰ ਪਾ ਕੇ ਸਾੜਨ ਆ ਗਿਆ, ਮੈਨੂੰ ਜ਼ਹਿਰ ਦਾ ਇੱਕ ਕਟੋਰਾ ਫਿਰ ਪਿਲਾਉਣ ਆ ਗਿਆ, ਇੱਕ ਵਾਰ ਫਿਰ ਮੈਨੂੰ ਆਪਣੇ ਪਿਓ ਦੀ ਪੋਟਰੀ ਦਾੜੀ ਵਿਖਾਉਣ ਆ ਗਿਆ, ਇੱਕ ਬਦਲੇ ਹੋਏ ਘਰ ਵਿੱਚ ਵੈਣ ਪਾਉਂਦੀ ਹੋਈ ਬੁੱਢੀ ਮਾਂ, ਬੇਬਸ ਤੇ ਲਾਚਾਰ ਮਾਂ, ਉਸਦੇ ਕਦੇ ਨਾ ਸੁੱਕਣ ਵਾਲੇ ਅੱਥਰੂ ਵਿਖਾਉਣ ਆ ਗਿਆ। ਇਹ ਨਵੰਬਰ ਸੌ ਸੌ ਜ਼ਾਲਮ ਹੁਕਮਰਾਨਾਂ ਦੇ ਕੋਲੋਂ ਆਪਣੀ ਅਜ਼ਮਤ ਨੂੰ ਬਚਾਉਣ ਲਈ ਕਿਸੇ ਗਲੀ ਦੀ ਨੁੱਕਰ ਵਿੱਚ ਖੜੀ ਮੇਰੀ ਭੈਣ ਮੈਨੂੰ ਆਵਾਜ਼ ਦਿੰਦੀ, ਹਾਏ ਵੇ ਭਾਊ, ਮੇਰੀ ਇੱਜ਼ਤ ਬਚਾ ਲਈ, ਉਹ ਮੇਰੇ ਤਰਲੇ ਮਾਰਦੀ ਹੈ ਸਿੰਘ ਸਾਹਿਬ, ਪਰ ਮੈਂ ਕੀ ਕਰਾਂ, ਮੇਰੇ ਤਾਂ ਆਪਣੇ ਗਲ ਵਿੱਚ ਬਲਦਾ ਹੋਇਆ ਟਾਇਰ ਪਿਆ ਹੋਇਆ ਹੈ, ਮੇਰੇ ਤਾਂ ਨਿੱਕੇ ਜਿਹੇ ਇੱਕ ਮਹੀਨੇ ਦੇ ਪੁੱਤਰ ਨੂੰ ਖੂੰਖਾਰ ਜ਼ਾਲਮਾਂ ਨੇ ਕੁੱਕਰ ਵਿੱਚ ਪਾ ਕੇ ਵਿਸਲਾਂ ਮਰਾ ਦਿੱਤੀਆਂ। ਮੇਰੀ ਦੂਸਰੀ ਭੈਣ ਜੋ ਕਿ ਮਾਂ ਬਣਨ ਵਾਲੀ ਸੀ, ਬੜੀਆਂ ਆਸਾਂ ਲਈ ਬੈਠੀ ਸੀ, ਮੈਂ ਆਪਣੇ ਪੁੱਤਰ ਦਾ ਇਹ ਨਾਂ ਰੱਖਾਂਗੀ, ਮੈਂ ਆਪਣੇ ਪੁੱਤਰ ਦਾ ਉਹ ਨਾਂ ਰੱਖਾਂਗੀ, ਇਸ ਨੂੰ ਡਾਕਟਰ ਬਣਾਵਾਂਗੀ, ਕਦੀ ਕਹਿੰਦੀ ਮੇਰਾ ਪੁੱਤ ਥਾਣੇਦਾਰ ਲੱਗੇਗਾ, ਪਰ ਇੱਕ ਹੋਰ ਥਾਣੇਦਾਰ ਲਾਗੇ ਹੀ ਖੜਾ ਸੀ ਸਿੰਘ ਸਾਹਿਬ, ਜਦ ਮੇਰੀ ਭੈਣ ਦੇ ਢਿੱਡ ਵਿੱਚ ਲੱਤਾਂ ਸਰੀਏ ਮਾਰ ਮਾਰ ਕੇ ਉਸ ਦੀਆਂ ਸਾਰੀਆਂ ਆਸਾਂ ਦੇ ਸਾਰੇ ਚਾਹ ਗਰਕ ਕਰ ਦਿੱਤੇ। ਇਹ ਡੁੱਬ ਜਾਣਾ ਨਵੰਬਰ ਹਰ ਸਾਲ ਮੈਨੂੰ ਮੇਰੇ ਆਪਣਿਆਂ ਤੇ ਹੁੰਦੇ ਕਹਿਰ ਵਿਖਾਉਂਦਾ ਹੈ, ਮੇਰਾ ਖਹਿੜਾ ਨਹੀਂ ਛੱਡਦਾ, ਮੈਂ ਕੀ ਕਰਾਂ, ਕੋਈ ਹੈ ਜੋ ਮੇਰੀ ਇਸ ਪੀੜ ਦਾ ਇਲਾਜ ਕਰੇ, ਪਿਛਲੇ 30 ਸਾਲਾਂ ਤੋਂ ਰੋ ਰੋ ਕੇ ਮੇਰੀਆਂ ਅੱਖਾਂ ਦੀ ਜੋਤ ਵੀ ਜਵਾਬ ਦੇ ਗਈ, ਹੁਣ ਤਾਂ ਸਿੰਘ ਸਾਹਿਬ ਅੱਥਰੂ ਵੀ ਸੁੱਕ ਗਏ। ਕਈ ਵਾਰ ਮੈਂ ਸੋਚਦਾ ਹਾਂ ਕਿ ਇਹ ਉਹ ਹੀ ਲੋਕ ਨੇ ਜਿਨ੍ਹਾਂ ਦੀਆਂ ਭੈਣਾਂ ਨੂੰ ਮੈਂ ਕਦੀ ਕਈ ਵਾਰੀ ਜ਼ਾਲਮਾਂ ਦੇ ਪੰਜੇ ਚੋਂ ਛੁਡਾਇਆ ਸੀ, ਉਹ ਇੱਕ ਆਵਾਜ਼ ਮਾਰਦੀਆਂ ਸਨ, ਮੋੜੀ ਬਾਬਾ ਡਾਂਗ ਵਾਲਿਆ ਰਨ ਬਸਰੇ ਨੂੰ ਗਈ, ਤੇ ਮੈਂ ਆਪਣੀ ਜਾਨ ਦੀ ਬਾਜ਼ੀ ਲਾ ਕੇ ਉਸ ਨੂੰ ਕਈ ਵਾਰ ਛੁਡਾ ਕੇ ਲਿਆਂਦਾ। ਕਦੀ ਕਦੀ ਸੋਚਦਾ ਹਾਂ ਕਿ ਇਹਨਾਂ ਲੋਕਾਂ ਨੇ ਮੈਨੂੰ ਉਸੇ ਹੀ ਗੁਨਾਹ ਦੀ ਸਜ਼ਾ ਦਿੱਤੀ ਹੈ ਸ਼ਾਇਦ। ਬਹੁਤ ਵਾਰੀ ਉਸ ਰਹਿਮ ਉਸ ਕਰੀਮ ਪਰਵਰਦਿਗਾਰ ਨੂੰ ਪੁੱਛਦਾ ਹਾਂ ਕਿ ਮੇਰਾ ਕਸੂਰ ਕੀ ਸੀ, ਇਹੋ ਕਿ ਮੈਂ ਸਰਬੱਤ ਦਾ ਭਲਾ ਮੰਗਣ ਵਾਲਾ ਹਾਂ, ਇਹੋ ਕਿ ਮੈਂ ਨਿਮਾਣਿਆਂ ਨਿਤਾਣਿਆਂ ਦਾ ਖੈਰ ਖੁਆ ਹਾਂ। ਲੱਗਦਾ ਤਾਂ ਕੁਝ ਇਸ ਤਰ੍ਹਾਂ ਹੀ ਹੈ, ਕਿਉਂਕਿ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਨਹੀਂ ਇਹਨਾਂ ਨੂੰ ਦੁੱਖ ਲੱਗਦਾ, ਪਰ ਜਦ ਨਿਓਟਿਆਂ ਦੀ ਓਟ ਤੇ ਨਿਆਸਰਿਆਂ ਦੇ ਆਸਰੇ ਜਾਨ ਆਜ਼ਾਦੀ ਦੀ ਗੱਲ ਕਰਨ, ਫਿਰ ਇਹ ਲੋਕ ਬਰਦਾਸ਼ਤ ਨਹੀਂ ਕਰਦੇ। ਪਰ ਕਈ ਵਾਰ ਸੋਚਦਾ ਹਾਂ ਕਿ ਸ਼ਾਇਦ ਇਹ ਉਸ ਅਕਾਲ ਪੁਰਖ ਦਾ ਹੁਕਮ ਹੈ, ਜਿਸ ਨੂੰ ਮਿੱਠਾ ਕਰਕੇ ਮਨ ਲੈਣ ਦੀ ਜਾਂਚ ਸਾਡੇ ਸੋਹਣੇ ਗੁਰੂ ਨੇ ਸਾਨੂੰ ਦੱਸੀ ਹੈ। ਸਿੰਘ ਸਾਹਿਬ, ਇਹ ਜੋ ਕੁਝ ਵੀ ਆਪ ਜੀ ਨੂੰ ਲਿਖਿਆ, ਇਹ ਮੈਂ ਨਿੱਤ ਮਹਿਸੂਸ ਕਰਦਾ ਹਾਂ, ਇਹ ਨਹੀਂ ਮੈਂ ਕੋਈ ਲਿਖਾਰੀ ਨਹੀਂ, ਮੈਂ ਕੋਈ ਕਵੀ ਨਹੀਂ, ਇਹ ਮੇਰੇ ਜਜ਼ਬਾਤ ਹਨ, ਇਹ ਜੋ ਕੁਝ ਵੀ ਹੋਇਆ ਉਹ ਮੇਰੇ ਸਾਰੇ ਆਪਣੇ ਸਨ। ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹੀ ਫੁਰਮਾਨ ਕੀਤਾ ਹੈ ਕਿ ਸਾਡੇ ਸਾਰੇ ਇੱਕ ਟੱਬਰ ਦੇ ਦੁੱਖ ਸੁੱਖ ਸਾਂਝੇ ਹਨ। ਸਿੰਘ ਸਾਹਿਬ, ਜਜ਼ਬਾਤ ਵਿੱਚ ਜੇ ਕੋਈ ਗੱਲ ਗਲਤ ਲਿਖੀ ਗਈ ਹੋਵੇ ਤਾਂ ਅਣਜਾਣ ਬੱਚਾ ਸਮਝ ਕੇ ਮਾਫ਼ ਕਰ ਦਿਓ ਜੀ, ਮੈਨੂੰ ਖਾਲਿਸਤਾਨ ਦੇ ਐਲਾਨਨਾਮੇ ਦੀ ਕਾਪੀ ਜ਼ਰੂਰ ਪਾ ਦਿਓ ਜੀ, ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਗੁਰਫਤਿਹ ਜੀ। ਡਾਕਟਰ ਸਾਹਿਬ, ਜ਼ਿੰਦਾਬਾਦ 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 ਜੀ, ਮੈਂ ਸਮਝਦਾ ਵੀ ਵੀਰ ਅਮਨਜੀਤ ਸਿੰਘ ਹੋਰਾਂ ਦੀ ਲਿਖਤ ਤੋਂ ਬਾਅਦ ਕੁਛ ਕਹਿਣ ਜੋਗਾ ਨਹੀਂ ਹੈ, ਸਿਵਾਏ ਕਿ ਅਸੀਂ ਵੀ ਕੁਛ ਅੱਥਰੂ ਕੇਰੀਏ ਜੀ। ਉਹਨਾਂ ਦੀ ਇਹ ਲਿਖਤ, ਉਹਨਾਂ ਨੇ ਕੋਈ ਆਪਣੇ ਨਿੱਜ ਪਰਿਵਾਰ ਜਾਂ ਨਿੱਜ ਪੀੜ ਨਹੀਂ, ਜਿਹੜੀ 30 ਮਿਲੀਅਨ ਸਿੱਖ ਕੌਮ ਦੀ ਪੀੜ ਹੈ, ਜੋ ਕੁਛ ਉਹਨਾਂ ਦੀਆਂ ਬੱਚੀਆਂ ਦੇ ਨਾਲ ਕੌਮ ਦੀਆਂ ਹੋਇਆ, ਜੋ ਕੌਮ ਦੇ ਬਾਪੂਆਂ ਨਾਲ ਮਾਵਾਂ ਨਾਲ ਹੋਇਆ,
ਭੈਣਾਂ ਦੇ ਨਾਲ ਹੋਇਆ ਔਰ ਜਿਸ ਤਰੀਕੇ ਦੇ ਨਾਲ ਖੋ ਖੋ ਕੇ ਮਾਰਿਆ ਗਿਆ, ਗਲਾਂ 'ਚ ਟਾਇਰ ਪਾਏ ਗਏ ਔਰ ਉਹਨਾਂ ਦਾ ਇਹ ਕਹਿਣਾ ਕਿ ਭਾਈ ਇਹ 30 ਸਾਲ ਮੈਂ ਇਸ ਪੀੜ ਨੂੰ ਹੰਡਾਇਆ। ਹੁਣ ਇਹ ਜਿਹੜਾ ਲਗਾਤਾਰਤਾ ਨਾਲ ਪੀੜ ਨੂੰ ਹੰਡਾਉਣਾ ਔਰ ਉਹਨਾਂ ਨੇ ਕਲੋਜ਼ਿੰਗ ਬੇਸ਼ੱਕ ਗੁਰੂ ਦੇ ਭਾਣੇ ਵਿੱਚ ਕੀਤੀ ਹੈ ਕਿ ਅਲਟੀਮੇਟਲੀ ਅਕਾਲ ਪੁਰਖ ਦੀ ਰਜ਼ਾ ਨੂੰ ਮਿੱਠਾ ਕਰਕੇ ਮੰਨਣਾ ਹੀ ਜਿਹੜਾ ਉਹ ਸਿੱਖ ਨੂੰ ਬਣਦੇ, ਪਰ ਨਾਲ ਹੀ ਉਹਨਾਂ ਨੇ ਇਹ ਰਿਜ਼ੋਲਵ ਵੀ ਜਿਸ ਤਰੀਕੇ ਨਾਲ ਉਹਨਾਂ ਨੇ ਕੌਮੀ ਘਰ ਖਾਲਿਸਤਾਨ ਦੀ ਐਡਵੋਕੇਸੀ ਕੀਤੀ ਔਰ ਜਿਵੇਂ ਉਹਨਾਂ ਨੇ ਇਸ ਸਾਰੇ ਪਾਠ ਨੂੰ ਇਹਨਾਂ ਦੁੱਖਾਂ ਦੇ 30 ਸਾਲਾਂ ਦੀ ਕਹਾਣੀ ਜਿਨ੍ਹਾਂ ਸ਼ਬਦਾਂ ਦੇ ਵਿੱਚ ਬਿਆਨੀ, ਮੈਂ ਸਮਝਦਾ ਵੀ ਇਸ ਤੋਂ ਇੱਕ ਦਰਦਨਾਕ ਕਹਾਣੀ ਹੈ, ਇਹ ਕਈ ਤਰੀਕੇ ਨਾਲ ਬਿਆਨੀ ਜਾਂਦੀ ਰਹੇਗੀ, ਪਰ ਇਹ ਉਹਨਾਂ ਦਾ ਇੱਕ ਇੱਕ ਸ਼ਬਦ ਹਿਰਦੇ ਨੂੰ ਵਲੂੰਦਰਨ ਵਾਲੇ, ਇੱਕ ਇੱਕ ਸ਼ਬਦ ਜਿਹੜਾ ਉਹ ਰੂਹ ਨੂੰ ਟੱਚ ਕਰਦੇ ਔਰ ਇਹ ਸਾਰੀ ਕੌਮ ਦੀ ਪੀੜ ਬਣ ਕੇ ਇਹ ਸਾਹਮਣੇ ਆਉਂਦੇ ਔਰ ਉਹਦੇ 'ਚ ਉਹਨਾਂ ਨੇ ਜਿੱਥੇ ਇਸ ਕੌਮੀ ਜਿਹੜਾ ਦੁਖਾਨ ਦੀ ਗੱਲ ਕੀਤੀ ਉੱਥੇ ਉਹਨਾਂ ਨੇ ਬਹੁ ਗਿਣਤੀ ਹਿੰਦੂ ਭਾਈਚਾਰਾ ਜਿਨ੍ਹਾਂ ਨੇ ਇੱਕ ਸਾਇਲੈਂਸ ਦੇ ਨਾਲ ਉਸ ਨੂੰ ਐਂਡੋਰਸ ਵੀ ਕੀਤਾ। ਅੱਜ ਤੱਕ ਵੀ ਜਿਹੜਾ ਇਸ ਬਾਰੇ ਕਦੇ ਕੋਈ ਸ਼ਬਦ ਪਾਰਲੀਮੈਂਟ ਦੇ ਵਿੱਚ ਵੀ ਕੋਈ ਰੈਜ਼ੋਲੂਸ਼ਨ ਕੋਈ ਮਤਾ, ਅਕਾਊਂਟੇਬਿਲਟੀ ਤਾਂ ਬਾਅਦ ਦੀ ਗੱਲ ਹੈ, 30 ਸਾਲ ਬੀਤਣ ਬਾਅਦ ਵੀ ਅੱਜ ਵੀ ਜਸਟਿਸ ਦੇ ਲਈ ਜਿਹੜੇ ਨੇ ਉਹ ਸਾਰੇ, ਔਰ ਜਿਵੇਂ ਹਿਊਮਨ ਰਾਈਟਸ ਵਾਚ ਦੀ ਰਿਪੋਰਟ ਨੇ ਕਿਹਾ ਸੀ ਵੀ ਜਿਹੜੇ ਪੀੜਤ ਸੀ, ਜਿਹੜੇ ਗਵਾਹ ਸੀ ਔਰ ਜਿਹੜੇ ਜ਼ੁਲਮ ਕਰਨ ਵਾਲੇ ਸੀ, 30 ਸਾਲਾਂ 'ਚ ਬਹੁਤ ਸਾਰੇ ਤੁਰ ਗਏ, ਬਹੁਤ ਸਾਰੇ ਜਾਣ ਦੇ ਕੰਢੇ ਨੇ ਔਰ 30 ਸਾਲਾਂ 'ਚ ਵੀ ਜਸਟਿਸ ਨਹੀਂ ਆਇਆ। ਔਰ ਉਹਨਾਂ ਨੇ ਯਾਦ ਕਰਾਇਆ ਇਸ ਬਹੁ ਗਿਣਤੀ ਕੌਮ ਨੂੰ ਕਿ ਕਦੇ ਤੁਹਾਡੀਆਂ ਬਹੁ ਬੇਟੀਆਂ ਜਿਨ੍ਹਾਂ ਨੂੰ ਇੱਥੋਂ ਦਰਾ ਖੈਬਰ ਪਾਰ ਤੋਂ ਆਉਣ ਵਾਲੇ ਉਧਾਲ ਕੇ ਲਿਜਾਂਦੇ ਸਨ, ਚੁੱਕ ਕੇ ਲਿਜਾਂਦੇ ਸਨ ਔਰ ਉਹ ਜਾਂਦਿਆਂ ਪੁਕਾਰ ਕਰਦੀਆਂ ਸੀ ਕਿ ਮੋੜੀ ਬਾਬਾ ਕੱਛ ਵਾਲਿਆ ਰੰਨ ਜਾਂਦੀ ਬਸਰੇ ਨੂੰ, ਜਾਂ ਮੋੜੀ ਬਾਬਾ ਡਾਂਗ ਵਾਲਿਆ ਰੰਨ ਜਾਂਦੀ ਬਸਰੇ ਨੂੰ। ਹੁਣ ਬਸਰਾ ਇਰਾਕ ਦਾ ਅੱਜ ਵੀ ਵੱਡਾ ਸ਼ਹਿਰ ਹੈ, ਉਹ ਜ਼ਮਾਨਾ ਸੀ ਕਿ ਬਸਰਾ, ਬਗਦਾਦ, ਗਜ਼ਨੀ ਜਿਹੜਾ ਅਫਗਾਨਿਸਤਾਨ 'ਚ ਹੈ, ਇੱਥੇ ਵੱਡੀ ਮੰਡੀ ਲੱਗਦੀ ਸੀ, ਜਿਹੜੇ ਇਸ ਤਰ੍ਹਾਂ ਔਰਤਾਂ ਚੁੱਕ ਕੇ ਲਿਜਾਂਦੇ ਸੀ ਉਹ ਆਪਣੇ ਜਿਹੜਾ ਇਸ ਨੂੰ ਇੱਕ ਪੈਸੇ ਕਮਾਉਣ ਵਾਲਾ ਜ਼ਰੀਆ ਵੀ ਸਮਝਦੇ ਸੀ, ਕਿਉਂਕਿ ਜਿਹੜਾ ਵੀ ਲੈ ਕੇ ਇੱਕ ਹਮਲਾਵਰ ਕਈ ਕਈ ਕੁੜੀਆਂ ਚੁੱਕ ਕੇ ਲੈ ਗਿਆ, ਫਿਰ ਉਹ ਉਹਨਾਂ ਬਾਜ਼ਾਰਾਂ ਦੇ ਵਿੱਚ ਬਸਰੇ ਦੀ ਮੰਡੀ 'ਚ, ਗਜ਼ਨੀ ਦੀ ਮੰਡੀ 'ਚ, ਬਗਦਾਦ ਦੀ ਮੰਡੀ 'ਚ ਨਿਲਾਮ ਕੀਤੀਆਂ ਜਾਂਦੀਆਂ ਸੀ, ਉਹਦੇ ਉਹ ਪੈਸੇ ਵੱਟਦੇ ਸੀ ਅਤੇ ਉਹ ਜਿਹੜੀ ਬੱਚੀ ਧੀ ਉਸ ਧਰਤੀ ਦੀ ਲਿਜਾਈ ਜਾ ਰਹੇ ਸੀ, ਕਿਉਂਕਿ ਸਿੱਖ ਕਛਹਿਰੇ ਪਾਉਂਦੇ ਸਨ, ਪੰਜ ਕਕਾਰੀ ਖਾਲਸਾ ਔਰ ਡਾਂਗ, ਕਿਉਂਕਿ ਸਿੱਖ ਹਥਿਆਰ, ਡਾਂਗ ਇੱਕ ਹਥਿਆਰ ਨੂੰ ਰਿਪ੍ਰਜੈਂਟ ਕਰਦੇ ਕਿ ਵੀ ਬਾਕੀ ਸਾਰੇ ਜਿਹੜੇ ਨੇ ਉਹ ਮੁਰਦੇ ਬਣ ਕੇ ਸੁੱਤੇ ਹੋਏ ਨੇ, ਅਤੇ ਉਹਨੂੰ ਹੀ ਪੁਕਾਰ ਜੇ ਸੀ ਅਤੇ ਸਿੰਘ ਨੂੰ ਸੀ ਕਿ ਭਾਈ ਇਹ ਜਾ ਰਹੀ ਹੈ ਔਰਤ ਬਸਰੇ 'ਚ ਵਿਕਣ ਦੇ ਲਈ, ਜੇ ਰੋਕ ਸਕਦਾ ਮੋੜੀ ਬਾਬਾ ਉਹਨੂੰ ਮੋੜ ਕੇ ਲਿਆਏ। ਇਹ ਪੰਜਾਬ ਦੀ ਲੋਕ ਬੋਲੀ ਦੇ ਵਿੱਚ ਹੈ, ਫੋਕ ਲੋਰ ਦੇ ਵਿੱਚ ਹੈ ਜੀ। ਔਰ ਕਿਵੇਂ ਸਿੰਘਾਂ ਨੇ ਉਸ ਪੁਕਾਰ ਨੂੰ ਸੁਣਿਆ, ਕਿਵੇਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਜਦੋਂ ਜ਼ਿਕਰ ਆਉਂਦਾ ਉਹਨਾਂ ਦੇ ਨਾਂ ਨਾਲ ਬੰਦੀ ਛੋੜ ਸ਼ਬਦ ਵੀ ਆਉਂਦਾ ਕਈ ਥਾਂ 'ਤੇ, ਕਿਉਂਕਿ ਮਰਾਠਾ ਜਿਹੜਾ ਐਮਪਾਇਰ ਸੀ ਉਸ ਦੀ ਦਾ ਲੱਕ ਤੋੜਨ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਪਾਣੀਪਤ ਦੇ ਮੈਦਾਨ ਦੇ ਵਿੱਚ ਹਜ਼ਾਰਾਂ ਮਰਾਠਾ ਔਰਤਾਂ ਜਿਹੜੀਆਂ ਨੇ ਉਹਨਾਂ ਨੂੰ ਉਹ ਚੁੱਕ ਕੇ ਲਿਜਾ ਰਹੇ ਸੀ, ਜਦੋਂ ਕਿ ਸਿੰਘਾਂ ਦੇ ਜਥਿਆਂ ਨੇ ਅਬਦਾਲੀ ਦਾ ਪਿੱਛਾ ਕਰਕੇ ਬਹੁਤ ਸਾਰੀਆਂ ਹਜ਼ਾਰਾਂ ਕੁੜੀਆਂ ਨੂੰ ਛਡਾਇਆ ਔਰ ਫਿਰ ਉਹਨਾਂ ਨੇ ਉਹਨਾਂ ਨੂੰ ਉਹਨਾਂ ਦੇ ਘਰੋਂ ਘਰੀ ਪਹੁੰਚਾਇਆ। ਔਰ ਉਹ ਈਵਨ ਉਸ ਵੇਲੇ ਦੇ ਅਕਾਊਂਟ ਨੇ ਕਿ ਵੀ ਜੇ ਕੋਈ ਸਿੰਘ ਉਹਨਾਂ ਨੂੰ ਆਪਣੇ ਬੀਬੀ ਨੂੰ ਘੋੜੇ ਦੇ ਪਿੱਛੇ ਬਿਠਾ ਕੇ ਉਹਦੇ ਘਰ ਤੱਕ ਪਹੁੰਚਾ ਰਹੇ ਅਤੇ ਜਦੋਂ ਉਹਨੂੰ ਛੱਡਦੇ ਅਤੇ ਉਸ 'ਚੋਂ ਆਪਣਾ ਜੇ ਵੀ ਪੈਸਾ ਆਨਾ ਜੋ ਉਹਦੇ ਕੋਲ ਹੈ ਉਸ ਭੈਣ ਦੀ ਤਲੀ ਦੇ ਉੱਤੇ ਸ਼ਗਨ ਦੇ ਤੌਰ ਦੇ ਉੱਤੇ ਵੀ ਰੱਖਦੇ ਕਿ ਵੀ ਇਹ ਤੇਰੇ ਵੀਰ ਵੱਲੋਂ ਹੈ। ਸੋ ਜੱਸਾ ਸਿੰਘ ਆਹਲੂਵਾਲੀਆ ਨੂੰ ਬੰਦੀ ਛੋੜ ਕਰਕੇ ਵੀ ਜਾਣਿਆ ਜਾਂਦਾ ਔਰ ਇਹ ਵਰਤਾਰਾ ਇੱਕ ਵਾਰ ਨਹੀਂ, ਜੇ ਕਿਤੇ ਖਬਰ ਹੁੰਦੀ ਸੀ ਕਸੂਰ ਕਿੰਨਾ ਵੱਡਾ ਸ਼ਹਿਰ ਪੂਰਾ ਲਾਹੌਰ ਦੇ ਬਰਾਬਰ ਦਾ, ਉੱਥੋਂ ਇੱਕ ਬ੍ਰਾਹਮਣ ਜਿਸ ਦੀ ਨਵਵਿਆਹਤਾ ਪਤਨੀ ਨੂੰ ਜਿਹੜਾ ਕਸੂਰ ਦਾ ਹਾਕਮ ਹੈ ਉਹ ਉਸਮਾਨ ਖਾਨ ਸ਼ਾਇਦ ਉਹਦਾ ਨਾਂ ਸੀ, ਉਹ ਚੁੱਕ ਕੇ ਲੈ ਗਏ, ਉਹ ਅੰਮ੍ਰਿਤਸਰ ਆਏ, ਅਜੇ ਖਾਲਸੇ ਦਾ ਇੱਕ ਦਲ ਹੀ ਆ ਕੇ ਇਕੱਠਾ ਹੋਇਆ ਸੀ, ਅਕਾਲ ਤਖ਼ਤ ਕਈ ਕਿਸੇ ਮੁਹਿੰਮ ਤੋਂ ਆਏ, ਲੰਗਰ ਛੱਕ ਅਜੇ ਉਹਨਾਂ ਨੇ ਛਕਣਾ ਸੀ, ਅਰਦਾਸ ਇਸ਼ਨਾਨ ਕਰਕੇ ਉਹਨਾਂ ਨੇ ਜਿਹੜਾ ਅਕਾਲ ਤਖ਼ਤ 'ਤੇ ਮੱਥਾ ਟੇਕਿਆ ਔਰ ਉਹ ਪੰਡਿਤ ਆ ਕੇ ਫਰਿਆਦੀ ਹੋਇਆ ਅਕਾਲ ਤਖ਼ਤ ਦੇ ਸਾਹਮਣੇ ਕਿ ਜੀ ਖਾਲਸਾ ਜੀ ਹੋਰ ਕੋਈ ਟਿਕਾਣਾ ਨਹੀਂ, ਮੇਰੀ ਪਤਨੀ ਜਿਹੜੀ ਹੈ ਉਸ ਨੂੰ ਉਹਦਾ ਡੋਲਾ ਲੈ ਗਿਆ ਕਸੂਰ ਦਾ ਨਵਾਬ, ਔਰ ਜੇ ਤੁਸੀਂ ਇਸ ਧਰਤੀ ਦੇ ਪੱਤ ਦੇ ਰਾਖੇ ਹੋ ਤਾਂ ਉਹਨਾਂ ਨੂੰ। ਔਰ ਉੱਥੇ ਹੀ ਜਿਵੇਂ ਸਾਡੀ ਰਵਾਇਤ ਦੱਸਦੀ ਹੈ ਕਿ ਉਦੋਂ ਹੀ ਸਿੰਘਾਂ ਨੇ, ਔਰ ਕਸੂਰ ਕੋਈ ਛੋਟਾ ਸ਼ਹਿਰ ਨਹੀਂ ਸੀ,
ਜਿਹਦੇ ਨਾਲ ਟੱਕਰ ਲੈਣੀ ਕੋਈ ਸੌਖੀ ਨਹੀਂ ਸੀ, ਉਹਨਾਂ ਨੇ ਉੱਥੇ ਹੀ ਮਥਾ ਪਕਾਇਆ ਕਰਕੇ ਸਰਬੱਤ ਖਾਲਸਾ ਮੌਕੇ 'ਤੇ ਹੀ ਕਿ ਭਾਈ ਇਹ ਹੁਣ ਜੋ ਸ਼ਰਨ ਆਏ ਅਤੇ ਸਕੰਠ ਲਾਏ ਆ ਕੇ ਫਰਿਆਦੀ ਹੋਇਆ। ਖਾਲਸੇ ਦੇ ਦਲਾਂ ਨੇ ਫੌਰਨ ਜਿਹੜਾ ਕਸੂਰ ਦੇ ਉੱਤੇ ਚੜ੍ਹਾਈ ਕੀਤੀ, ਸੈਂਕੜਿਆਂ ਸਿੰਘ ਮਾਰੇ ਗਏ ਉਸ ਐਕਸਪੀਡੀਸ਼ਨ, ਪਰ ਉਹਦੇ ਨਵਾਬ ਦੇ ਮਹਿਲ ਤੱਕ ਪਹੁੰਚ ਗਏ ਅੰਦਰ। ਉਹ ਲੜਕੀ ਵੀ ਜਿਹੜੀ ਆ ਉਹ ਟਾਲਮ ਟੋਲ ਕਰ ਰਹੀ ਸੀ ਕਿਉਂਕਿ ਇਹਨਾਂ 'ਚ ਮੁਸਲਮਾਨ ਬਣਾਉਣ ਤੋਂ ਬਾਅਦ ਨਿਕਾਹ ਉਹ ਕਰਨਾ ਚਾਹੁੰਦਾ ਸੀ, ਫਿਰ ਹੀ ਜ਼ਬਰ ਜਨਾਹ ਦੀ ਗੱਲ ਸ਼ੁਰੂ ਜਿਹੜਾ ਅਦਰਵਾਈਜ਼ ਜ਼ਬਰ ਜਨਾਹ ਬਣਦਾ। ਸੋ ਐਨ ਸਿੰਘਾਂ ਨੇ ਜਾ ਕੇ ਉੱਥੇ ਮੌਕੇ 'ਤੇ ਉਸ ਬੱਚੀ ਨੂੰ ਵੀ, ਨਵ ਵਿਆਹੁਤਾ ਬ੍ਰਾਹਮਣ ਇਸਤਰੀ ਨੂੰ ਵੀ ਛਡਾਇਆ ਔਰ ਉਹਨੂੰ ਸਜ਼ਾ ਯਾਫਤਾ ਕੀਤਾ। ਹੁਣ ਇੱਕ ਪਾਸੇ ਇਹ ਸਿੱਖ ਕਰੈਕਟਰ ਸੀ ਕਿ ਜੇ ਇੱਕ ਹਿੰਦੂ ਬ੍ਰਾਹਮਣ ਦੀ ਔਰਤ ਜਿਹੜੀ ਹੈ ਉਹ ਤਕਲੀਫ ਉਹ ਮੁਸੀਬਤ 'ਚ ਹੈ ਅਤੇ ਸੈਂਕੜਿਆਂ ਸ਼ਹੀਦੀਆਂ ਦੇ ਦਿੰਦੇ ਨੇ ਸਿੱਖ ਕਿ ਭਾਈ ਇਸ ਔਨਰ ਨੂੰ ਛਡਾਉਣਾ, ਔਰ ਇਹ ਸਾਡਾ ਔਨਰ ਹੈ ਕਿ ਵੀ ਇਸ ਨੂੰ ਅਸੀਂ ਦੁਸ਼ਮਣ ਦੇ ਪੰਜੇ 'ਚੋਂ ਛਡਾਉਣਾ। ਪਰ ਦੂਸਰੇ ਪਾਸੇ ਜੋ ਕੁਛ ਨਵੰਬਰ 84 ਦੇ ਵਿੱਚ ਹੋਇਆ, ਇਸ ਲਈ ਜੋ ਪਰਪੀਟਰੇਟਰ ਸੀ ਉਹਨਾਂ ਨੇ ਤਾਂ ਜੋ ਕੀਤਾ ਹੀ ਕੀਤਾ, ਲੇਕਿਨ ਜਿਸ ਤਰੀਕੇ ਦੇ ਨਾਲ ਰੀਜੋਇਸ ਕੀਤਾ ਭੀੜਾਂ ਨੇ, ਟਾਇਰ ਪਾਇਆ ਹੋਇਆ ਗਲ 'ਚ ਸੜ ਰਿਹਾ ਔਰ ਬਾਹਰ ਖੜ੍ਹੇ ਜਿਹੜੇ ਨੇ ਉਹ ਤਾੜੀਆਂ ਮਾਰ ਰਹੇ ਨੇ ਕਿ ਸਰਦਾਰ ਜੀ ਭੰਗੜਾ ਬਹੁਤ ਅੱਛਾ ਡਾਲਤੇ ਹੈ। ਹੁਣ ਜਦੋਂ ਤੁਸੀਂ ਇਸ ਰਵੱਈਏ ਨੂੰ ਦੇਖਦੇ ਹੋ, ਔਰ ਮੈਂ ਸਮਝਦਾ ਕਿ ਵੀ ਉਹਨਾਂ ਨੇ ਇਸ ਸਾਡੀ ਸਾਂਝੀ ਪੀੜ ਨੂੰ ਬਹੁਤ ਕਰੁਣਾ ਭਰਪੂਰ ਦਇਆ ਤਿੰਨ ਸ਼ਬਦ ਮੈਂ ਨਹੀਂ ਕਹਾਂਗਾ, ਜਿਹਨੂੰ ਤੁਸੀਂ ਹਾਰਟ ਰੈਂਚਿੰਗ ਦਿਲ ਨੂੰ ਛੋਹਣ ਵਾਲੇ ਵਲੂੰਦਰਨ ਵਾਲੇ ਅੰਦਾਜ਼ ਦੇ ਵਿੱਚ ਬਿਆਨ ਕੀਤੇ, ਔਰ ਮੈਂ ਸਮਝਦਾ ਵੀ ਇਹ ਠੀਕ ਹੈ, ਇਹ ਸਾਡੀ ਕਹਾਣੀ ਹੈ। 30 ਸਾਲ ਤੋਂ ਸਾਡੇ ਅਥਰੂ ਸੁੱਕ ਗਏ ਨੇ, ਅੱਖਾਂ ਦੀ ਜੋਤ ਮੁੱਕ ਗਈ ਹੈ, ਲੇਕਿਨ ਜਿਹੜੀ ਕੁਐਸਟ ਹੈ, ਕੁਐਸਟ ਜਸਟਿਸ ਲਈ, ਔਰ ਜਸਟਿਸ ਇਹ ਸਾਨੂੰ ਵੀ ਪਤਾ ਹੈ ਕਿ ਜਸਟਿਸ ਲੰਘ ਹੈ, ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ, ਔਰ ਆਲਰੇਡੀ 30 ਸਾਲ 'ਚ ਬਹੁਤ ਕੁਛ ਬੀਤ ਗਿਆ, ਪਰ ਹੁਣ ਜਿਹੜਾ ਜਸਟਿਸ ਸਾਡਾ ਲਾਈ ਕਰਦਾ ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਸ਼ਬਦਾਂ 'ਚ ਕਰਦਾ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਅਤੇ ਇਹ ਜਿਹੜਾ ਖੂਨ ਦਾ ਹੱਕ ਹੈ, ਜਿਵੇਂ ਉਹਨਾਂ ਨੇ ਅਖੀਰ 'ਚ ਇੱਕ ਵਾਰ ਨਹੀਂ 2 ਵਾਰ ਖਾਲਿਸਤਾਨ ਕਿਹਾ, ਜ਼ਿੰਦਾਬਾਦ, ਉਹ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ। ਸੋ ਇਹ ਸਾਰੇ ਹੀ ਦਿਨ ਜਿਹੜੇ ਆਉਣ ਵਾਲੇ ਨੇ, ਇਹ ਇਸ ਕਿਸਮ ਦਾ ਜਿਹੜਾ ਸਾਡੇ ਸਾਹਮਣੇ ਉਹ ਸਾਰੀਆਂ ਸਟੋਰੀਜ਼ ਦੁਬਾਰਾ ਬਾਰ ਬਾਰ ਅਸੀਂ ਰਿਪੀਟ ਕਰਾਂਗੇ TV 84 ਤੇ। ਜਿਵੇਂ ਮੈਂ ਪਹਿਲਾਂ ਕਿਹਾ, ਬਹੁਤ ਸਾਰੀ ਜਿਹੜਾ ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਸਿੱਖਸ ਫੋਰ ਜਸਟਿਸ ਜਿਨ੍ਹਾਂ ਨੇ ਇਹਨਾਂ ਕੇਸਿਸ ਨੂੰ ਲਿਆ ਪੰਜਾਬ 'ਚੋਂ ਵੀ, ਔਰ ਜਿਹੜੇ ਕੁਛ ਡਾਇਰੈਕਟ ਉੱਥੇ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਇੰਟਰਵਿਊਜ਼ ਵੀ ਜਿਹੜੇ ਨੇ ਅਸੀਂ ਸਟੂਡੀਓ ਇੰਟਰਵਿਊਜ਼ ਦਰਸ਼ਕਾਂ ਦੇ ਸਾਹਮਣੇ ਲਿਆਈਏ, ਉਹਨਾਂ 'ਚੋਂ ਇੱਕ ਜਸਬੀਰ ਸਿੰਘ ਨੇ ਜਿਹੜੇ ਕਿ ਵਿਟਨੈਸ ਵੀ ਰਹੇ ਨੇ ਬਹੁਤ ਸਾਰੇ ਕੇਸਿਸ ਇੱਥੇ ਵੀ, ਔਰ ਉਹਨਾਂ ਦੇ ਪਰਿਵਾਰ ਦੇ ਜੇ ਮੈਂ ਗਲਤ ਨਾ ਹੋਵਾਂ 27 ਜਾਂ 28 ਜੀ ਮਾਰੇ ਗਏ ਸੀ, ਉਹਨਾਂ ਨਾਲ ਵੀ ਅਸੀਂ ਸਟੂਡੀਓ 'ਚ ਇੰਟਰਵਿਊ ਕਰਾਂਗੇ, ਔਰ ਜਿਹੜੇ ਫਰਦਰ ਐਕਸ਼ਨ ਨੇ ਸਿੱਖਸ ਫੋਰ ਜਸਟਿਸ ਦੇ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ। ਸੋ ਵੀਰ ਅਮਨਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਇਸ ਸਾਂਝੀ ਪੀੜ ਜਿਹੜੀ ਹਰ ਗੁਰੂ ਨਾਨਕ ਨਾਮ ਲੇਵਾ ਪਿਛਲੇ 30 ਸਾਲਾਂ ਤੋਂ ਹੰਡਾ ਰਿਹਾ, ਉਸ ਨੂੰ ਇੱਕ ਆਵਾਜ਼ ਦਿੱਤੀ ਹੈ, ਉਸ ਨੂੰ ਬੜੇ ਜਿਹੜੇ ਨੇ ਉਹ ਸ਼ਬਦ ਦਿੱਤੇ ਨੇ ਜਿਹੜੇ ਖੂਨ ਦੇ ਨਾਲ ਲਿਖੇ ਹੋਏ ਸ਼ਬਦ ਨੇ, ਇਹਨਾਂ ਨੂੰ ਮੈਂ ਸੋਹਣੇ ਸ਼ਬਦ ਨਹੀਂ ਕਹਿ ਸਕਦਾ, ਇਹ ਟਰੂਥ ਹੈ ਪਰ ਰਿਟਨ ਇਨ ਬਲੱਡ, ਖੂਨ ਦੇ ਵਿੱਚ ਲਿਖੀ ਹੋਈ ਜੀ। ਡਾਕਟਰ ਸਾਹਿਬ ਨਾਲ ਲੈਣੇ ਬ੍ਰੇਕ, ਵੀਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।